ਠੀਕ ਜੀ ਹੁਣ? ਠੀਕ ਹੈ, ਅੱਲਾ ਦਾ ਸ਼ੁਕਰ ਹੈ ਯਾਰ, ਬਾਂਹ ਬਚ ਗਈ ਹੈ। ਸ਼ੋਖਾ ਭੋਲਾ ਜੀ, ਤੁਹਾਡੀ ਆਂਟੀ ਕਰਪਸ਼ਨ ਦੇ ਬੰਦੇ ਆਏ ਨੇ, ਮਿਲੋ। ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਭੋਲਾ ਸਾਹਿਬ, ਆ ਜਾਓ। ਉਹ ਗੱਲ ਸੁਣੋ ਭਾਈ, ਜਿਹੜੀ ਗੱਲ ਕਰਨੀ ਹੈ ਇੱਥੇ ਕਰ। ਸਾਨੂੰ ਪਤਾ ਲੱਗਾ ਇਹ ਚੋਰ ਆ, ਤੁਸੀਂ ਇਸ ਬਾਰੇ ਚ ਕੁਝ ਭੌਂਕੋਗੇ। ਇਹ ਚੋਰ ਆ ਜਾਂ ਵਾਕਈ ਪੁਲਿਸ ਵਾਲਾ ਵਾ? ਭੋਲਾ ਪੁਲਿਸ ਵਾਲਾ ਹੀ ਹੈ। ਠੀਕ ਆ, ਪਰ ਮੈਂ ਇਸ ਕੇਸ ਦੀ ਜੜ ਤੱਕ ਪਹੁੰਚਾਂਗਾ। ਮੈਨੂੰ ਜਾਣਦੇ ਨਹੀਂ ਤੁਸੀਂ ਹਲੇ। ਭੋਲੇ ਜਾ, ਤੈਨੂੰ ਮਾਫ ਕੀਤਾ। ਉਹ ਦੜਾਤਾ ਹੀ ਭੋਲੇ ਪੁੱਤਰ, ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਤੂੰ ਸਾਡੇ ਥਾਣੇ ਦਾ ਨਹੀਂ ਤੇ ਨਾ ਹੀ ਤੂੰ ਸਾਡੇ ਸ਼ਹਿਰ ਦਾ ਵਾ, ਪਰ ਸਾਨੂੰ ਹੁਣ ਇਹ ਤਾਂ ਦੱਸ ਦੇ ਕਿ ਤੂੰ ਆਇਆ ਕਿੱਥੋਂ ਆ ਤੇ ਹੈਗਾ ਕੌਣ। ਨਹੀਂ ਤਾਂ ਤੈਨੂੰ ਮੱਛੀ ਤੋਂ ਦੁੱਧ ਪਿਆ ਕੇ ਤੇ ਪੈਂਡਰ ਦੇ ਫੁੱਟੇ ਵਰਗਾ ਕਰ ਦੂੰਗੇ। ਉਹ ਭੌਂਕ ਵੀ ਹਫਸ਼ੀਆਂ ਚੋਂ ਕਾਲਿਆ। ਮੈਂ ਤਾਂ ਝੁੱਗੀਆਂ ਵਾਲੇ ਦਾ ਬੱਚਾ। ਝੁੱਗੀਆਂ ਵਾਲੇ ਦਾ ਬੱਚਾ ਝੂਠ ਬੋਲਦਾ ਏ। ਆ ਪਿੰਡੀ ਪੱਟੀਆਂ ਤੋਂ ਥੋੜਾ ਜਿਹਾ ਅੱਗੇ ਜਾ ਕੇ ਤੇ ਅੱਗੇ ਕੱਪੜੇ ਦੀਆਂ ਕੋਠੀਆਂ ਬਣੀਆਂ ਆ, ਮੇਰਾ ਘਰ ਉੱਥੇ ਹੀ ਹੈ। ਚੰਗਣਾ ਭੋਲੇ ਤੂੰ? ਹਾਂਜੀ ਹੈਗਾ ਮੈਂ ਚੰਗਣੀਆਂ, ਪਰ ਜ਼ਰਾ ਵੱਖਰੀ ਟਾਈਪ ਦਾ। ਸਹੀ ਆ, ਸ਼ਕਲੋਂ ਲੱਗਦਾ ਵੀ ਆ। ਯੈਸ ਸ਼ਹਿਜ਼ਾਦਾ। ਭੋਲੇ ਆ ਕੀ? ਉਹ ਜਨਾਬ, ਦਿਨ ਦੇ ਟਾਈਮ ਮੈਂ ਸੂਟੀਆਂ ਤੇ ਪਕਾਨੇ ਵੇਚਦਾ ਵਾਂ। ਪਕਾਨੇ? ਪਰ ਮੈਂ ਤੁਹਾਨੂੰ ਕੋ ਦੱਸਾਂ, ਮੈਂ ਚੱਲਦਾ ਹੁਣ, ਠੀਕ ਹੈ? ਭੋਲੇ ਧਿਆਨ ਰੱਖੀ ਆਪਣਾ। ਓਕਾ ਚੱਲਦਾ। ਭੋਲੇ ਅੱਲਾ ਕਰੇ ਤੇਰਾ ਰੰਗ ਚਿੱਟਾ ਹੋਵੇ। ਮਿਹਰਬਾਨੀ, ਜਾ ਹੁਣ। ਅੱਛਾ ਵੀ ਮੈਂ ਹੁਣ ਆਪਣੇ ਘਰਦਿਆਂ ਨੂੰ ਜਾ ਕੇ ਸ਼ਕਲ ਵਾਵਾਂ, ਇਹ ਨਾ ਹੋਵੇ ਉਹ ਐਲਾਨ ਕਰਾਉਂਦੇ ਹੋਣ। ਬਾਕੀ ਆਉਂਦਾ ਜਾਂਦਾ ਰਵਾਂਗਾ, ਮਿਲਦੇ ਰਵਾਂਗੇ। ਭੋਲਾ ਜਿਹਦੇ ਨਾਲ ਕਰੀ ਪਿਆਰ ਪਾ ਲੈਂਦਾ, ਉਹਨੂੰ ਛੱਡਣਾ ਨੀ ਮੁੜ ਕੇ। ਭੋਲੇ ਦਾ ਸਟਾਈਲ ਆਏ, ਦੁਨੀਆ ਮੰਨ ਗਈ ਹੈ ਭੋਲੇ ਨੂੰ। ਮਿਰਜ਼ੇ ਦੇ ਵੀ ਤਰੱਕੀ ਕਰਦੇ ਹੋ, ਇਹਦਾ ਨਿਸ਼ਾਨਾ ਬਹੁਤ ਪੱਕਾ ਹੋ ਗਿਆ ਜੀ। ਆਹ ਬੱਚੇ ਲਕਾ ਲੋ, ਭੋਲਾ ਆ ਗਿਆ ਜੀ। ਆਹ ਮੰਜੀ ਪੀੜੀ ਠਕਾ ਲੋ, ਭੋਲਾ ਆ ਗਿਆ ਜੀ। ਚੱਲ ਵੀ ਭੋਲੇ, ਨਿਕਲਣ ਵਾਲੀ ਗੱਲ ਕਰ, ਇਹ ਨਾ ਹੋਵੇ ਕੋਈ ਹੋਰ ਟੈਨਸ਼ਨ ਆ ਜੇ। ਬਹੁਤ ਬੁਰਾ ਫੌਗ ਪੈ ਗਿਆ ਇਹਨਾਂ ਤੇ। ਓਏ ਭੋਲੇ, ਮਿੰਟੋ ਪਹਿਲੇ ਭੁੱਲ ਗਿਆ ਮਿਰਜ਼ੇ ਨੂੰ, ਖਲੋ ਜਾ। ਹਾਂ ਹੀਰੇ ਚੋਂ ਹਿੱਸਾ ਚਾਹੀਦਾ ਤੈਨੂੰ। ਉਹ ਜਾ, ਤੇਰੇ ਕੋਲੋਂ ਹਿੱਸਾ ਲੈਣ ਨਾਲੋਂ ਚੰਗਾ ਮੈਂ ਕਿਸੇ ਦੀ ਜ਼ਕਾਤ ਚੋਂ ਹਿੱਸਾ ਲੈ ਲਾਂ। ਹੋਰ ਕਿਸੇ ਨੇ ਸੁਣ ਲਿਆ ਤੇ ਉਹ ਲੈ ਲਊਗਾ। ਉਹ ਮੇਰੇ ਮੂੰਹ ਨਿਕਲ ਗਿਆ, ਹੁਣ ਮੈਨੂੰ ਜਾਣ ਦੇ, ਬਾਅਦ ਚਾਹੂੰਗਾ। ਠੀਕ ਆ ਮਿਰਜ਼ਾ? ਠੀਕ ਆ, ਪਰ ਅੱਜ ਤੋਂ ਬਾਅਦ ਸ਼ਕਲ ਹਮੇਸ਼ਾ ਲਈ ਗੁੰਮ ਕਰ ਲਾ, ਕਿਉਂਕਿ ਆਂਟੀ ਕਰਪਸ਼ਨ ਵਾਲੇ ਛੇਤੀ ਜਾਨ ਨਹੀਂ ਛੱਡ ਦੇ, ਸਮਝਿਆ? ਓਏ ਉਹ ਭੋਲੇ, ਤੇਰਾ ਰੰਗ ਕਿਉਂ ਉੱਡ ਗਿਆ? ਤੁਸੀਂ ਕਿਉਂ ਨਹੀਂ ਫੜਿਆ ਮੈਨੂੰ? ਐਵੇਂ ਬਸ ਤੈਨੂੰ ਯਤੀਮ ਸਮਝ ਕੇ ਛੱਡਤਾ, ਹੋਰ ਕੀ। ਫੜ ਵੀ ਲੈਂਦਾ ਤੇ ਹੱਥ ਹੀ ਕਾਲੇ ਹੋਣੇ ਸੀ ਮੇਰੇ, ਬਸ ਇਹ ਗੱਲ ਆ। ਵੈਸੇ ਹੈ ਤੂੰ ਸ਼ਹਿਜ਼ਾਦਾ ਮਿਰਜ਼ਾ, ਬੜੀ ਚੀਜ਼ ਆ ਤੂੰ ਯਾਰ। ਮਿਰਜ਼ੇ, ਉਹ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਹੀ ਰਿਹਾ? ਪਹਿਲੇ ਦੱਸ ਦਿੰਦਾ ਸਰ ਜੀ, ਤੇ ਤੁਸੀਂ ਮੈਨੂੰ ਕਿਹੜਾ ਘਰ ਜਵਾਈ ਬਣਾ ਲੈਣਾ ਸੀ। ਵੈਸੇ ਹੁਣ ਭੋਲੇ ਨੂੰ ਅਸੀਂ ਫੜ ਨਹੀਂ ਸਕਦੇ। ਕੀ ਕਿਹਾ? ਭੋਲੇ ਪੋਤੇ, ਬਾਰਡਰ ਤੋਂ ਪਿੱਛੇ ਪਿੱਛੇ ਹੀ ਅਸੀਂ ਕਿਸੇ ਨੂੰ ਕਾਬੂ ਕਰ ਸਕਦੇ ਹਾਂ, ਤੇ ਜਿਹੜਾ ਇੱਥੋਂ ਲੰਘ ਗਿਆ ਸਮਝ ਲੈ ਕੇ ਉਹ ਮੌਤ ਦੇ ਮੂੰਹ ਚ ਲੰਘ ਗਿਆ। ਤੇ ਭੋਲਿਆ, ਇਸ ਟਾਈਮ ਤੂੰ ਉਕਾ ਤੋਂ ਬਾਹਰ ਹੋ ਗਿਆ। ਹਾਂ ਤੂੰ ਇੱਧਰ ਆ ਕੇ ਮੈਨੂੰ ਫੜ ਨਹੀਂ ਸਕਦਾ, ਤੇ ਮੈਂ ਕਿਆਮਤ ਤੱਕ ਹੁਣ ਉਧਰ ਨਹੀਂ ਜਾਣਾ। ਜੇ ਪਿਓ ਦਾ ਪੁੱਤ ਤੇ ਫੜ ਲਾ। ਵਾਹ ਉਹ ਮਿਰਜ਼ਾ, ਤੂੰ ਸਮਝਾਉਣਾ, ਮੈਂ ਡਰ ਗਿਆ। ਤੇ ਬੇਟਾ, ਮੈਂ ਤੇਰੇ ਇੱਥੋਂ ਖਲੋ ਕੇ ਕੰਨ ਖਿੱਚ ਲੈਣੇ ਆ। ਮੈਂ ਤੇ ਵੈਸੇ ਤੁਹਾਡਾ ਸ਼ੁਗਰ ਲਾਉਣੇ ਆ। ਤੇ ਅਸੀਂ ਵੀ ਸ਼ੁਗਰ ਹੀ ਕਰ ਰਹੇ ਆ, ਪਰ ਬੇਟਾ ਅਗਲੀ ਵਾਰੀ ਤੇਰੀ ਖੈਰ ਨਹੀਂ ਹੈਗੀ। ਹੈਂ? ਅੱਛਾ ਜੀ। ਹਾਂ ਸਹੀ ਕਹਿ ਰਿਹਾ। ਸ਼ੋਖਾ ਭੋਲੇ, ਹੱਥ ਫੜਾ ਤੈਨੂੰ ਖਿੱਚਾਂ, ਦੂਜਾ ਹੱਥ ਉਹਦੇ ਕਰਨ ਨੂੰ ਮੈਂ ਖਿੱਚਾਂ। ਭੋਲੇ ਮਿਲ ਲੈ ਅਗਲੀ। ਕੀ ਹੋਇਆ? ਜਾ, ਇੱਥੇ ਕੋਈ ਹੁਸ਼ਿਆਰੀ ਨਹੀਂ ਚੱਲਣੀ, ਸਿਰਫ ਤੂੰ ਹੱਥ ਮਿਲਾ ਸਕਦਾ। ਮਿਰਜ਼ਾ, ਮੈਂ ਆਪਣੇ ਮੁਲਕ 'ਚ ਵੀ ਹੁਣ ਪੁਲਿਸ ਵਾਲਾ ਹੀ ਬਣਾਂਗਾ, ਮੇਰਾ ਵੀ ਝਾਕਾ ਖੁੱਲ ਗਿਆ ਈ। ਚੱਲਦਾ। ਓਕੇ। ਅੱਗੋਂ ਨਹੀਂ ਪਿੱਛੋਂ ਵੀ ਬੁਰਾ ਹੀ ਲੱਗਦਾ। ਹਾ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